ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ, ਉਹਨਾਂ ਦੇਸ਼ ਭਗਤਾਂ ਦੀਆਂ ਜੀਵਨੀਆਂ, ਉਹਨਾਂ ਦੀ ਸ਼ਖਸੀਅਤ ਬਾਰੇ ਚਾਨਣਾ ਪਾਉਂਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਜਾਂ ਤਾਂ ਐਵੇਂ ਨਾਂ ਮਾਤਰ ਜਿਹਾ ਪਤਾ ਹੈ ਅਤੇ ਜਾਂ ਬਿਲਕੁਲ ਨਹੀਂ ਪਤਾ। ਸੋ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੀ ਕੈਨੇਡਾ ਦੇ ਪਹਿਲੇ ਸ਼ਹੀਦ ਹੋਏ ਨੇ। ਸੋ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਬਾਰੇ ਜੀ ਤੁਹਾਨੂੰ ਦੱਸਣਾ ਸ਼ੁਰੂ ਕੀਤਾ ਹੈ। ਸੋ ਅਗਲੀ ਗੱਲਬਾਤ ਅੱਜ ਆਪਾਂ ਕਰਦੇ ਹਾਂ ਡਾਕਟਰ ਵਰਿਆਮ ਸਿੰਘ ਸੰਧੂ ਹੋਣਾ ਦੇ ਨਾਲ ਅਤੇ ਜਾਣਦੇ ਹਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੀ ਦੀ ਸ਼ਖਸੀਅਤ ਬਾਰੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਏਸ਼ੀਆ ਦੇ ਸਟੂਡੀਓ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਪਿੱਛੇ ਆਪਾਂ ਗੱਲ ਛੱਡੀ ਸੀ ਕਿ ਕਿਵੇਂ ਉਹਨਾਂ ਦੀ ਜਿਹੜੀ ਸੀਗੀ ਸੱਚੀ ਸੁੱਚੀ ਨੇਕ ਪਾਕ ਸ਼ਖਸੀਅਤ ਸੀ, ਉਹ ਹਰ ਇੱਕ ਜਿਹੜਾ ਸੀਗਾ ਜੀ, ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਕੋਈ ਹੋਵੇ, ਹਰੇਕ ਨੂੰ ਇੱਕ ਬਰਾਬਰਤਾ ਦੀ ਜਿਹੜੀ ਸੀਗੀ ਨਿਗਾਹ ਦੇ ਨਾਲ ਵੇਖਦੇ ਸੀਗੇ। ਔਰ ਉਹਨਾਂ ਦੇ ਅੰਦਰ ਸੱਚਮੁੱਚ ਇੱਕ ਜਿਹਨੂੰ ਕਹਿੰਦੇ ਨਾ ਵੀ ਗੁਰੂਆਂ ਵੱਲੋਂ ਜਿਹੜਾ ਦਿੱਤੀ ਹੋਈ ਸਿੱਖਿਆ ਸੀਗੀ ਉਹ ਸੱਚਮੁੱਚ ਉਹਨਾਂ ਨੇ ਆਪਣੇ ਅੰਦਰ ਵਸਾ ਕੇ ਰੱਖੀ ਸੀ, ਉਹਨਾਂ ਦੇ ਉੱਪਰ ਉਹ ਅਮਲ ਕਰਦੇ ਸੀਗੇ। ਪੂਰੇ ਮਤਲਬ ਉਹ ਕਹਿੰਦੇ ਨਿਤਨੇਮ ਦੇ ਵਿੱਚ ਰਹਿਣ ਵਾਲੇ ਸੱਜਣ ਵੀ ਸੀਗੇ। ਸੋ ਉਹਨਾਂ ਦੇ ਜਿਹੜੇ ਹੁੰਦੇ ਨੇ ਸ਼ਖਸੀਅਤ ਦੇ ਹੋਰ ਪਹਿਲੂ ਸੀਗੇ ਭਾਈ ਮੇਵਾ ਸਿੰਘ ਹੋਣਾ ਦੇ, ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਦੱਸੋ। ਆਪਾਂ ਭਾਈ ਮੇਵਾ ਸਿੰਘ ਹੋਰਾਂ ਬਾਰੇ ਪਿਛਲੇ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ, ਇਹ ਕਿਹਾ ਸੀਗਾ ਕਿ ਉਹਨਾਂ ਵਿੱਚ ਸੇਵਾ ਭਾਵਨਾ ਬਹੁਤ ਸੀਗੀ। ਬਿਲਕੁਲ ਦੱਸਿਆ ਸੀ, ਗੁਰਦੁਆਰੇ ਦੀ ਉਸਾਰੀ ਵਿੱਚ ਉਹਨਾਂ ਨੇ ਵੱਖ ਵੱਖ ਥਾਵਾਂ ਤੋਂ ਜਾ ਕੇ ਉਗਰਾਹੀ ਕੀਤੀ ਜੀ, ਅਤੇ ਉਸ ਉਗਰਾਹੀ ਦੇ ਵਿੱਚੋਂ ਆਪਣੇ 'ਤੇ ਉਹ ਇੱਕ ਪੈਸਾ ਵੀ ਨਹੀਂ ਸੀ ਖਰਚਦੇ ਜੀ। ਜਦੋਂ ਗੁਰਦੁਆਰਾ ਬਣ ਗਿਆ ਅਤੇ ਗੁਰਦੁਆਰੇ ਦੇ ਬਣਨ ਤੋਂ ਬਾਅਦ ਕਿਤੇ ਗੁਰਦੁਆਰੇ ਦੀ ਮੁਰੰਮਤ ਦੀ ਲੋੜ ਹੈ ਜਾਂ ਕਿਸੇ ਸੇਵਾ ਦੀ ਜ਼ਰੂਰਤ ਹੈਗੀ ਹੈ ਨਾ, ਅਤੇ ਉਹਨਾਂ ਨੇ ਜੇ ਕੋਈ ਚੀਜ਼ ਦੇਖੀ ਹੈ ਵੀ ਇਹ ਠੀਕ ਨਹੀਂ ਹੈਗੀ ਅਤੇ ਉਹਨੂੰ ਆਪਣੇ ਖਰਚੇ 'ਤੇ ਮੁਰੰਮਤ ਕਰਾ ਦਿੰਦੇ ਸੀਗੇ। ਜਿਵੇਂ ਇੱਕ ਆਪਣੇ ਗਿਆਨੀ ਕੇਸਰ ਸਿੰਘ ਹੋਣਾ ਨੇ ਇੱਕ ਰਿਕਾਰਡ ਪੁਰਾਣਾ ਪੜ੍ਹਦਿਆਂ ਦੇਖਿਆ ਅਤੇ ਉਹਨਾਂ ਨੇ ਨੋਟ ਕੀਤਾ, ਕੈਨੇਡੀਅਨ ਸਿੱਖਸ ਆਪਣੀ ਜਿਹੜੀ ਕਿਤਾਬ ਉਹਨਾਂ ਨੇ ਲਿਖੀ, ਉਹਦੇ 'ਚ ਕਹਿੰਦੇ ਕਿ ਇੱਕ ਵਾਰ ਟਾਇਲਟ ਜਿਹੜੇ ਸੀਗੇ ਉਹ ਗੁਰਦੁਆਰੇ ਦੇ ਖਰਾਬ ਸੀਗੇ ਅਤੇ ਉਹਦੇ ਉੱਤੇ ਉਹ ਦਰਜ ਆਇਆ ਵੀ ਭਾਈ ਮੇਵਾ ਸਿੰਘ ਨੇ ਉਹ ਜਿਹੜੇ ਟਾਇਲਟ ਨੇ ਉਹ ਆਪਣੇ ਕੋਲੋਂ ਪੈਸੇ ਖਰਚ ਕੇ ਜਿਹੜੇ ਸੀਗੇ ਉਹ ਠੀਕ ਕਰਵਾਏ। ਇੱਕ ਉਹਨਾਂ ਦੀ ਜਿਹੜੀ ਆਪਾਂ ਸ਼ਖਸੀਅਤ ਬਾਰੇ ਗੱਲ ਕਰਨੀ ਹੋਵੇ ਨਾ, ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਕਿਹਾ, ਬੜੇ ਸਹਿਜ ਸ਼ਾਂਤ ਵਿਚਰਨ ਵਾਲੇ, ਮਿੱਠ ਬੋਲੜੇ, ਮੁਹੱਬਤੀ ਲੋਕ ਸੀਗੇ ਜੀ। ਮਤਲਬ ਜਿਵੇਂ ਕਿਹਾ ਜਾਵੇ ਕਿ ਨਹੀਂ, ਕੋਈ ਬੰਦਾ ਕਿਸੇ ਦੇ ਸਿਰ ਚੜ ਕੇ ਬੋਲਦਾ ਆ, ਕਈ ਤਿੱਖੀ ਬੋਲੀ ਬੋਲਣ ਵਾਲੇ ਹੁੰਦੇ ਨੇ ਭਾਵੇਂ ਮਨ ਵਿੱਚ ਕੁਛ ਨਾ ਹੋਵੇ, ਉਹ ਬਹੁਤ ਸਹਿਜ ਡਰਾਮੇ ਨਾਲ ਜਿਵੇਂ ਕੋਈ ਸ਼ਾਂਤ ਵਹਿੰਦਾ ਦਰਿਆ ਹੁੰਦਾ ਹੈ ਨਾ, ਇਸ ਤਰ੍ਹਾਂ ਦੀ ਦਰਿਆ ਵਾਂਗ ਵਹਿੰਦੀ ਹੋਈ ਉਹ ਸਹਿਜ ਸ਼ਖਸੀਅਤ ਸੀ। ਅਤੇ ਸੱਚੀ ਗੱਲ ਤਾਂ ਇਹ ਹੈ ਕਿ ਉਹ ਕਦੀ ਕਿਸੇ ਦੇ ਖਿਲਾਫ ਚੁਗਲੀ ਨਹੀਂ ਸੀ ਕਰਦੇ, ਕਦੀ ਕਿਸੇ ਦੀ ਨਿੰਦਾ ਨਹੀਂ ਸੀ ਕਰਦੇ, ਕਦੀ ਕਿਸੇ ਨੂੰ ਉੱਚਾ ਨਹੀਂ ਸੀ ਬੋਲਦੇ, ਅਤੇ ਇਸੇ ਕਰਕੇ ਉਹਨਾਂ ਦਾ ਭਾਈਚਾਰੇ ਵਿੱਚ ਬਹੁਤ ਵੱਡਾ ਸਨਮਾਨ ਸੀਗਾ। ਦੋਸਤ ਅਤੇ ਦੁਸ਼ਮਣ ਵੀ ਜਿਹੜੇ ਆਪਸ ਵਿੱਚ ਸਨ ਨਾ, ਉਹ ਸਾਰੇ ਹੀ ਭਾਈ ਮੇਵਾ ਸਿੰਘ ਦੇ ਨਾਲ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਣੱਤ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ। ਅਤੇ ਉਸ ਤਰ੍ਹਾਂ ਪਹਿਲੀ ਨਜ਼ਰੇ ਦੇਖਿਆ ਇਹ ਲੱਗਦਾ ਹੈ ਕਿ ਹੈਰਾਨੀ ਵਾਲੀ ਗੱਲ ਵੀ ਲੱਗਦੀ ਹੈ ਕਿ ਇੰਨਾ ਸਹਿਜ ਸ਼ਾਂਤ ਚਿੱਤ ਰਹਿਣ ਵਾਲਾ ਬੰਦਾ ਜਿਹੜਾ ਆ, ਉਹ ਇੱਕ ਹੌਲੀ ਹੌਲੀ ਹਾਲਾਤ ਨੇ ਉਹਨੂੰ ਅਜਿਹੇ ਇੱਕ ਉਬਲਣ ਬਿੰਦੂ ਉੱਤੇ ਲੈ ਆਉਂਦਾ ਕਿ ਉਹਨੂੰ ਹਾਪਕਿਨਸਨ ਵਰਗੇ ਜਿਹੜਾ ਜ਼ਾਲਮ ਅਤੇ ਪਾਜੀ ਜਾਸੂਸ ਸੀਗਾ, ਸਾਡੇ ਭਾਈਚਾਰੇ ਦਾ ਸਭ ਤੋਂ ਵੱਡਾ ਦੁਸ਼ਮਣ ਸੀਗਾ, ਉਹਨੂੰ ਕਤਲ ਕਰਨਾ ਪਿਆ। ਸੋ ਇਹ ਪ੍ਰਕਿਰਿਆ ਹੌਲੀ ਹੌਲੀ ਜਿਹੜੀ ਹੈ ਕਿਵੇਂ ਉਸਰੀ, ਇਹਦੀ ਆਪਾਂ ਗੱਲ ਨਾਲ ਦੇ ਨਾਲ ਕਰਦੇ ਜਾਵਾਂਗੇ। ਪਰ ਆਪਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਉਹ ਸੱਚੇ ਨਿਤਨੇਮੀ ਅਤੇ ਸੱਚੇ ਗੁਰਸਿੱਖ ਸਨ ਜੀ, ਅਸਲ ਵਿੱਚ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈਗੀ ਹੈ। ਜੇ ਮਤਲਬ ਆਪਾਂ ਕਹਿਣਾ ਹੋਵੇ ਨਾ ਕਿ ਗੁਰੂ ਸਾਹਿਬ ਦੀ ਸੱਚੀ ਸਿੱਖੀ ਦੇ ਸਰੂਪ ਦਾ ਕੋਈ ਇੱਕ ਪ੍ਰਮਾਣਕ ਨਮੂਨਾ ਦੱਸਣਾ ਹੋਵੇ ਅਤੇ ਉਹ ਭਾਈ ਮੇਵਾ ਸਿੰਘ ਦੇ ਬਾਰੇ ਦੱਸਿਆ ਜਾ ਸਕਦਾ ਹੈ। ਅਤੇ ਸਿੱਖੀ ਵਿੱਚ ਬੜੀ ਡੂੰਘੀ ਸ਼ਰਧਾ ਹੈ, ਸਿਰਫ ਰਵਾਇਤੀ ਕਿਸਮ ਦੀ ਸ਼ਰਧਾ ਨਹੀਂ ਹੈਗੀ, ਜਿਹੜੀ ਗੁਰੂਆਂ ਨੇ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਵਾਲੀ ਸਿੱਖਿਆ ਦਿੱਤੀ ਸੀ, ਏਕ ਪਿਤਾ ਏਕ ਸਕੇ ਹਮ ਬਾਰਕ ਦੀ ਸਿੱਖਿਆ ਦਿੱਤੀ ਸੀ। ਇਹ ਉਹਨਾਂ ਨੇ ਆਪਣੇ ਜਿਵੇਂ ਕਹਿੰਦੇ ਨਾ ਆਪਣੀ ਅੰਤਰ ਆਤਮਾ ਦੇ ਵਿੱਚ ਵਸਾਈ ਹੋਈ ਸੀਗੀ। ਅਤੇ ਅਸਲ ਵਿੱਚ ਜਦੋਂ ਅਸੀਂ ਸਾਰਾ ਖਾਲਸਾ ਦੀਵਾਨ ਸੁਸਾਇਟੀ ਦਾ ਰਿਕਾਰਡ ਵੇਖਦੇ ਹਾਂ ਨਾ ਜੀ, ਅਤੇ ਉਹਦੇ ਵਿੱਚ ਜਦੋਂ ਗੁਰਦੁਆਰਾ 'ਤੇ ਬਣਦਾ ਆ 19 ਨਵੰਬਰ 1908 ਨੂੰ ਸ਼ੁਰੂ ਹੁੰਦਾ ਹੈ ਜੀ, ਅਤੇ
ਪ੍ਰੋਫੈਸਰ ਤੇਜਾ ਸਿੰਘ MA LLB ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਵਿੱਚ ਗਏ ਹੋਏ ਸੀਗੇ ਅਤੇ ਆਪਾਂ ਪਿੱਛੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ ਉੱਥੋਂ ਦੇ ਸਿੱਖਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਮਸਲਿਆਂ ਨੂੰ ਸਰਕਾਰ ਦੇ ਅੱਗੇ ਪੇਸ਼ ਕਰਨ ਦੇ ਵਾਸਤੇ ਜਿਹੜਾ ਡੈਪੂਟੇਸ਼ਨ ਆਟਵਾ ਗਿਆ ਸੀ ਉਹਦੇ ਵਿੱਚ ਵੀ ਉਹ ਗਏ ਸਨ। ਤੋ ਜਿਹੜੇ ਪ੍ਰੋਫੈਸਰ ਤੇਜਾ ਸਿੰਘ ਸਨ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਵਾਲਿਆਂ ਨੂੰ ਅਤੇ ਗੁਰਦੁਆਰੇ ਵਾਲਿਆਂ ਨੂੰ ਇਹ ਕਿਹਾ ਕਿ ਕਿਉਂਕਿ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਰਜਿਸਟਰਡ ਹੋਈ ਇੱਕ ਬੋਡੀ ਆ ਅਤੇ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਜਿਹੜੀ ਵੀ ਕੋਈ ਮਤਾ ਪੇਸ਼ ਕਰਦੇ ਹੋ, ਜਿਹੜੀ ਵੀ ਕੋਈ ਕਾਰਵਾਈ ਗੁਰਦੁਆਰੇ ਦੇ ਵਿੱਚ ਹੁੰਦੀ ਹੈ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਜੋ ਗੁਰਦੁਆਰਾ ਕਮੇਟੀ ਵੱਲੋਂ, ਉਹਨੂੰ ਤੁਸੀਂ ਰਿਕਾਰਡ ਕਰਿਆ ਕਰੋ। ਠੀਕ ਹੈ, ਉਹਦੀਆਂ ਜਿਹੜੀਆਂ ਸਾਰੀਆਂ ਕਾਰਵਾਈਆਂ ਨੇ ਨਾ ਉਹ ਬਕਾਇਦਾ ਲਿਖੀਆਂ ਜਾਣੀਆਂ ਚਾਹੀਦੀਆਂ ਨੇ। ਤੋ ਉਦੋਂ ਬਾਅਦ ਗੁਰਦੁਆਰੇ ਦੀ ਸਾਰੀ ਕਾਰਵਾਈ ਜਿਹੜੀ ਆ ਨਾ ਉਹ ਲਿਖਤੀ ਹੋਣੀ ਸ਼ੁਰੂ ਹੋ ਗਈ। ਠੀਕ ਹੈ ਜੀ, ਔਰ ਇਹ ਖੁਸ਼ੀ ਦੀ ਗੱਲ ਹੈਗੀ ਕਿ ਉਦੋਂ ਬਾਅਦ ਦਾ ਸਾਰਾ ਰਿਕਾਰਡ ਲਗਭਗ ਜਿਹੜਾ ਕਿ ਨਹੀਂ ਉਹ ਖਾਲਸਾ ਦੀਵਾਨ ਸੁਸਾਇਟੀ ਕੋਲ ਪਿਆ ਹੋਇਆ ਆ ਅਤੇ ਉਹਦੇ ਵਿੱਚੋਂ ਤੁਸੀਂ ਉਸ ਦੌਰ ਦੇ ਜਿਹੜੇ ਮਤੇ ਪੇਸ਼ ਹੋਏ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਸਾਰੀਆਂ ਤੁਸੀਂ ਪੜ੍ਹ ਸਕਦੇ ਹੋ, ਕਿਹੜੇ ਕਿਹੜੇ ਵੇਲੇ ਕਿਹੜਾ ਇਸ਼ੂ ਸਾਹਮਣੇ ਆਇਆ ਸਾਡੇ ਲੋਕਾਂ ਦੇ ਔਰ ਕਿਹੜਾ ਉਹਨਾਂ ਨੇ ਇਸ਼ੂ ਵਿਚਾਰਿਆ। ਤੋ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਪਾਨ ਜਿਹੜਾ 4 ਅਪ੍ਰੈਲ ਨੂੰ ਹੋਇਆ ਸੀਗਾ ਜੀ ਗੁਰਦੁਆਰਾ ਸਿੱਖ ਟੈਂਪਲ ਦੇ ਵਿੱਚ, ਪਰ ਉਹ ਉਦੋਂ ਰਿਕਾਰਡ ਨਹੀਂ ਸੀ ਰੱਖਿਆ ਗਿਆ ਵੀ ਕਿਹੜੇ ਕਿਹੜੇ ਬੰਦਿਆਂ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਜਿਹੜਾ ਅੰਮ੍ਰਿਤ ਛਕਿਆ ਗਿਆ ਨਾ ਗੁਰਦੁਆਰਾ ਸਿੱਖ ਟੈਂਪਲ ਦੇ ਵਿੱਚ ਅੰਮ੍ਰਿਤਪਾਨ ਕੀਤਾ 21 ਜੂਨ 1908 ਨੂੰ। ਠੀਕ ਹੈ, ਉਹ ਸਭ ਤੋਂ ਪਹਿਲਾਂ ਭਾਈ ਮੇਵਾ ਸਿੰਘ ਨੇ ਕੀਤਾ, ਭਾਈ ਮੇਵਾ ਸਿੰਘ ਕੋਲ, ਔਰ ਉਹ ਉਸ ਦਿਨ ਇਕੱਲਾ ਹੀ ਸਿੱਖ ਸੀਗਾ ਜਿਹਨੇ ਅੰਮ੍ਰਿਤ ਛਕਿਆ ਗੁਰਦੁਆਰੇ ਦੇ ਵਿੱਚ ਜੀ। ਔਰ ਉਸ ਤੋਂ ਦਿਲਚਸਪ ਗੱਲ ਇਹ ਤੁਹਾਡੇ ਲਈ ਜਾਣਨ ਵਾਲੀ ਸਾਡੇ ਦਰਸ਼ਕਾਂ ਦੇ ਜਾਣਨ ਵਾਸਤੇ ਵੀ ਇਹ ਦਿਲਚਸਪ ਗੱਲ ਹੋਵੇਗੀ ਕਿ ਉਸ ਤੋਂ ਅਗਲੇ ਹਫ਼ਤੇ 28 ਜੂਨ ਨੂੰ ਭਾਈ ਭਾਗ ਸਿੰਘ ਜਿਹੜੇ ਗੁਰਦੁਆਰੇ ਦੇ ਉਸ ਵੇਲੇ ਸਕੱਤਰ ਸੀਗੇ, ਪਹਿਲਾਂ ਬਾਅਦ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਬਣਦੇ ਨੇ, ਅਤੇ ਭਾਈ ਬਲਵੰਤ ਸਿੰਘ ਖੁਰਦਪੁਰ ਜਿਹੜੇ ਹੈੱਡ ਗ੍ਰੰਥੀ ਨੇ ਉੱਥੋਂ ਦੇ ਉਹਨਾਂ ਨੇ, ਅਤੇ ਭਾਈ ਵਰਿਆਮ ਸਿੰਘ ਉਰਫ ਨਾਰਾਇਣ ਸਿੰਘ, ਇਹਨਾਂ ਤਿੰਨਾਂ ਨੇ ਇੱਕ ਦਿਨ ਫਿਰ 28 ਜੂਨ ਨੂੰ ਅੰਮ੍ਰਿਤ ਛਕਿਆ। ਇਹ ਤਿੰਨ ਬੰਦੇ 28 ਜੂਨ ਨੂੰ ਭਾਈ ਮੇਵਾ ਸਿੰਘ ਤੋਂ ਬਾਅਦ ਅੰਮ੍ਰਿਤ ਛਕਦੇ। ਭਾਈ ਨਾਰਾਇਣ ਸਿੰਘ ਅਤੇ ਵਰਿਆਮ ਸਿੰਘ ਦਾ ਜ਼ਿਕਰ ਆਪਾਂ ਚੱਲਦੇ ਚੱਲਦੇ ਪਿੱਛੇ ਜਦੋਂ ਸਰਦਾਰ ਭਾਗ ਸਿੰਘ ਹੋਰਾਂ ਬਾਰੇ ਗੱਲ ਕਰ ਰਹੇ ਸਨ ਨਾ ਕੀਤਾ ਸੀ, ਇਹ ਉਹ ਸੱਜਣ ਸੀ ਜਿਹੜਾ ਭਾਈ ਭਾਗ ਸਿੰਘ ਉਹਨਾਂ ਨੂੰ ਜਪਾਨ 'ਚ ਮਿਲਿਆ ਸੀਗਾ, ਅਤੇ ਇਹ ਦੋਵੇਂ ਭਾਈ ਭਾਗ ਸਿੰਘ ਅਤੇ ਭਾਈ ਨਾਰਾਇਣ ਸਿੰਘ ਜਾਂ ਵਰਿਆਮ ਸਿੰਘ ਜਿਹੜੇ ਸੀ ਇਹ ਇਕੱਠੇ ਫਿਰ ਕੈਨੇਡਾ ਆਏ ਸੀ, ਅਤੇ ਉਹਦੇ ਪ੍ਰਭਾਵ ਅਧੀਨ ਉਹਦੀ ਸਿੱਖਿਆ ਅਧੀਨ ਹੀ ਜਿਹੜਾ ਸੀ ਭਾਗ ਸਿੰਘ ਨੇ ਸ਼ਰਾਬ ਛੱਡੀ ਸੀਗੀ। ਤੋ ਇਹ ਪਹਿਲੇ ਅੰਮ੍ਰਿਤਧਾਰੀਆਂ ਦੇ ਵਿੱਚੋਂ ਸੀਗਾ। ਅੱਗੇ ਜਾ ਕੇ ਉਦੋਂ ਅਗਲੀ ਜਿਹੜੀ ਕਿਸ਼ਤ ਸੀਗੀ ਉਹਦੇ ਵਿੱਚ ਬੇਲਾ ਸਿੰਘ ਨੇ ਵੀ ਅੰਮ੍ਰਿਤ ਛਕਿਆ ਸੀਗਾ। ਬੜੀ ਵੈਸੇ ਦਿਲਚਸਪ ਗੱਲ ਹੈ, ਬੇਲਾ ਸਿੰਘ ਨੇ ਅੰਮ੍ਰਿਤ ਛਕਿਆ ਸੀਗਾ ਔਰ ਉਸ ਤੋਂ ਬਾਅਦ ਫਿਰ ਉਹ ਕਿਵੇਂ ਗੱਦਾਰ ਬਣਿਆ ਔਰ ਫਿਰ ਉਹਨੇ ਕਿਵੇਂ ਭਾਈ ਬਦਨ ਸਿੰਘ ਔਰ ਭਾਈ ਭਾਗ ਸਿੰਘ ਦਾ ਕਤਲ ਕੀਤਾ ਜੀ। ਭਾਈ ਮੇਵਾ ਸਿੰਘ ਲੋਪੋਕੇ ਦੀ ਗੱਲ ਚੱਲ ਰਹੀ ਹੈ ਜੀ, ਅਤੇ ਉਹਨਾਂ ਬਾਰੇ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ, ਲੇਕਿਨ ਬ੍ਰੇਕ ਦਾ ਸਮਾਂ ਹੋ ਗਿਆ ਜੀ, ਬ੍ਰੇਕ ਤੋਂ ਬਾਅਦ ਉਹ ਸਵਾਲ ਮੈਂ ਤੁਹਾਡੇ ਨਾਲ ਕਰਦਾ। ਦੋਸਤੋ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸੱਚੀ ਸੁੱਚੀ ਬੇਦਾਗ ਸ਼ਖਸੀਅਤ ਬਾਰੇ ਗੱਲਬਾਤ ਚੱਲ ਰਹੀ ਹੈ ਜੀ, ਹੋਰ ਗੱਲਾਂ ਬਾਤਾਂ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਦੋਸਤੋ ਅਸੀਂ ਜ਼ਿਕਰ ਕਰ ਰਹੇ ਸੀ ਭਾਈ ਮੇਵਾ ਸਿੰਘ ਲੋਪੋਕੇ ਹੋਣਾ ਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ ਸਿੱਖ ਟੈਂਪਲ ਵੈਨਕੂਵਰ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਭਾਗ ਸਿੰਘ ਅਤੇ ਹੋਰਨਾਂ ਸੱਜਣਾਂ ਨੇ ਵੀ ਅੰਮ੍ਰਿਤ ਛਕਿਆ। ਅਗਲੀ ਗੱਲ ਬੜੀ ਦਿਲਚਸਪ ਹੈ ਜੀ, ਉਹ ਜਾਣਦੇ ਹਾਂ ਡਾਕਟਰ ਵਰਿਆਮ ਸਿੰਘ ਸੰਧੂਣਾ ਕੋਲੋਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਕਿ ਇਹਨਾਂ ਸਾਰੇ ਸੱਜਣਾਂ ਦੇ ਅੰਮ੍ਰਿਤ ਛਕਣ ਤੋਂ ਬਾਅਦ
ਫਿਰ ਭਾਈ ਬੇਲਾ ਸਿੰਘ ਹੁਣਾਂ ਨੇ ਵੀ ਅੰਮ੍ਰਿਤ ਛਕਿਆ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਵਿੱਚ ਇੱਕ ਗੱਦਾਰ ਦੇ ਤੌਰ ਦੇ ਉੱਪਰ ਜਾਣਿਆ ਜਾਂਦਾ ਹੈ ਜੀ। ਕੀ ਗੱਲ ਸੀ ਕਿ ਬਈ ਇਹਨਾਂ ਸਾਰੇ ਸੱਜਣਾਂ ਦੇ ਅੰਮ੍ਰਿਤ ਛਕਣ ਦਾ ਪ੍ਰਭਾਵ ਜਿਹੜਾ ਸੀ ਬੇਲਾ ਸਿੰਘ ਦੇ ਉੱਪਰ ਪਿਆ, ਫਿਰ ਉਹਨਾਂ ਨੇ ਛਕਿਆ? ਜੇ ਪ੍ਰਭਾਵ ਪਿਆ ਸੀ ਤਾਂ ਫਿਰ ਉਸ ਤੋਂ ਬਾਅਦ ਕਿਹੜੇ ਹਾਲਾਤ ਬਣੇ ਕਿ ਭਾਈ ਬੇਲਾ ਸਿੰਘ ਜਿਹੜਾ ਸੀ ਜੀ ਉਹ ਆਪਣੇ ਹੀ ਬੰਦਿਆਂ ਦੀਆਂ ਸੂਹਾਂ ਦੇ ਕੇ ਗੱਦਾਰੀ ਕਰਨ ਲਈ ਜਿਹੜਾ ਮਜਬੂਰ ਹੋ ਗਿਆ, ਉਹਨਾਂ ਦੇ ਕਤਲ ਕਰਨ ਲਈ ਮਜਬੂਰ ਹੋ ਗਿਆ? ਦੇਖੋ ਇਹ ਗੱਲ ਇਹ ਹੈ ਕਿ ਜਿਹੜਾ ਉਹ ਦੌਰ ਸੀ ਨਾ ਜਦੋਂ ਅਜੇ ਆਏ ਸੀਗੇ ਜੀ, ਅਤੇ 1908 ਦੇ ਦੌਰ ਦੀ ਆਪਾਂ ਗੱਲ ਕਰਦੇ ਪਏ ਹਾਂ, ਜੂਨ ਦੀ ਗੱਲ ਹੈ ਜੀ, ਜਦੋਂ ਆਪਾਂ ਕਿਹਾ ਸੀ ਵੀ 21 ਜੂਨ ਨੂੰ ਅੰਮ੍ਰਿਤ ਛਕਿਆ ਭਾਈ ਮੇਵਾ ਸਿੰਘ ਨੇ, ਅਤੇ ਫਿਰ 28 ਜੂਨ ਨੂੰ ਹਫ਼ਤਾ ਬਾਅਦ ਜਿਹੜਾ ਅਗਲੇ ਜਿਹੜਾ ਹਫ਼ਤੇ ਤੋਂ ਬਾਅਦ ਦਿਨ ਆਉਂਦਾ ਉਦੋਂ ਭਾਈ ਭਾਗ ਸਿੰਘ, ਬਲਵੰਤ ਸਿੰਘ ਅਤੇ ਭਾਈ ਨਰਾਇਣ ਸਿੰਘ ਉਰਫ ਵਰਿਆਮ ਸਿੰਘ ਅੰਮ੍ਰਿਤ ਛਕਦੇ ਜੀ। ਉਸ ਤੋਂ ਬਾਅਦ 30 ਜਿਹੜੀ ਆ ਜੁਲਾਈ ਨੂੰ ਜੀ ਅੰਮ੍ਰਿਤਪਾਨ ਫਿਰ ਕੀਤਾ ਜਾਂਦਾ ਹੈ, ਠੀਕ ਕਰਾਇਆ ਜਾਂਦਾ, ਔਰ ਉਹਦੇ ਵਿੱਚ 6 ਬੰਦੇ ਅੰਮ੍ਰਿਤ ਛਕਦੇ ਨੇ ਜੀ। ਇੱਕ ਕਰਮ ਸਿੰਘ ਦੌਲਤਪੁਰ ਆ, ਭਾਈ ਅਤਰ ਸਿੰਘ ਆ, ਕੁਝ ਹੋਰ ਨੇ, ਉਹਨਾਂ 'ਚੋਂ ਬੇਲਾ ਸਿੰਘ ਵੀ ਅੰਮ੍ਰਿਤ ਛਕਣ ਵਾਲਿਆਂ ਵਿੱਚ ਹੈਗਾ। ਜਿਹੜਾ ਤੁਸੀਂ ਸਵਾਲ ਉਠਾਇਆ ਹੈ ਨਾ ਜੀ, ਉਹ ਸਵਾਲ ਇਹ ਆ, ਪਹਿਲੀ ਗੱਲ ਤਾਂ ਹੈ ਕਿ ਉਸ ਦੌਰ ਦੇ ਵਿੱਚ ਅਜੇ ਇਹ ਸਿਲਸਿਲਾ ਓਡੇ ਵੱਡੇ ਪੱਧਰ 'ਤੇ, ਵਿਆਪਕ ਪੱਧਰ 'ਤੇ ਸ਼ੁਰੂ ਨਹੀਂ ਸੀ ਹੋਇਆ ਅੰਤਰ ਵਿਰੋਧ ਦਾ ਜੀ। ਬੰਦੇ ਦਾ ਲਾਲਚ ਵੀ ਹੌਲੀ ਹੌਲੀ ਫਿਰ ਪ੍ਰਬਲ ਹੁੰਦਾ ਹੈ ਨਾ, ਪ੍ਰਬਲ ਹੁੰਦਾ ਉਹ, ਇਹ ਅਗਲੀ ਗੱਲ ਹੈਗੀ ਆ। ਅਤੇ ਉਹ ਸਿੱਖੀ ਭਾਵਨਾ ਅਧੀਨ ਹੀ ਉਹਨੇ ਅੰਮ੍ਰਿਤ ਸ਼ਾਇਦ ਛਕਿਆ ਹੋਵੇਗਾ, ਆਪਾਂ ਇਹ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਗੁਰਦੁਆਰੇ ਵਿੱਚ ਵੀ ਆਉਂਦਾ ਜਾਂਦਾ ਸੀਗਾ, ਬਾਕੀ ਕਿਉਂਕਿ ਗੁਰਦੁਆਰੇ ਵਿੱਚ ਤਾਂ ਖੈਰ ਕਿਸੇ ਦਾ ਵੀ ਆਉਣਾ ਮਾਨਾ ਨਹੀਂ ਸੀ ਹੈਗਾ, ਅਤੇ ਸਾਰਿਆਂ ਦਾ ਸਾਂਝਾ ਸੀਗਾ, ਅਤੇ ਬੇਲਾ ਸਿੰਘ ਵੀ ਉੱਥੇ ਆਉਂਦਾ ਸੀਗਾ। ਕੁਝ ਮਤਲਬ ਕਹਿਣ ਦਾ ਭਾਵ ਇਹ ਆ ਜੀ ਕਿ ਵੀ ਕੁਝ ਲੋਕ ਹੁੰਦੇ ਆ ਜਿਹੜਾ ਧਰਮੀ ਵਿਖਾਵਾ ਤੇ ਕਰਦੇ, ਲੇਕਿਨ ਧਰਮ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ, ਬੇਲਾ ਸਿੰਘ ਸ਼ਾਇਦ ਉਹਨਾਂ ਵਿੱਚ ਹੋਵੇਗਾ, ਸ਼ਾਇਦ ਨਹੀਂ, ਯਕੀਨਨ ਯਕੀਨਨ। ਇਹ ਇੱਕ ਬਹੁਤ ਵੱਡਾ ਮਹੱਤਵਪੂਰਨ ਨੁਕਤਾ ਤੁਸੀਂ ਸੁਝਾਇਆ, ਸਗੋਂ ਆਪਾਂ ਨੂੰ ਇਹਦੇ 'ਤੇ ਆਪਾਂ ਗੱਲ ਕਰਨੀ ਚਾਹਾਂਗੇ ਜੀ ਕਿ ਦੇਖੋ ਇੱਕ ਹੁੰਦੀ ਆ ਕਿਸੇ ਵੀ ਧਾਰਮਿਕ ਵਿਅਕਤੀ ਦੀ ਬਾਹਰਲੀ ਦਿੱਖ ਜੀ, ਇੱਕ ਹੁੰਦਾ ਉਹਦਾ ਅੰਦਰਲਾ ਜ਼ਮੀਰ ਅਤੇ ਅੰਦਰਲਾ ਤੱਤ, ਜਿਹਨੂੰ ਅਸੀਂ ਕਹਿੰਦੇ ਹਾਂ ਦਿੱਖ ਦਾ ਅਤੇ ਤੱਤ ਦਾ ਜੀ ਆਪਸ ਵਿੱਚ ਵਿਰੋਧ ਨਹੀਂ ਹੋਣਾ ਚਾਹੀਦਾ, ਸੂਰਤ ਅਤੇ ਸੀਰਤ ਦਾ ਜੀ। ਹਾਂਜੀ ਹਾਂਜੀ ਹਾਂਜੀ, ਸੂਰਤ ਅਤੇ ਸੀਰਤ ਬੰਦੇ ਦੀ ਇੱਕੋ ਹੋਵੇ, ਦਿੱਖ ਅਤੇ ਤੱਤ ਇੱਕੋ ਹੋਵੇ, ਮਨ ਵਚਨ ਅਤੇ ਕਰਮ ਜਿਹੜਾ ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਬੰਦੇ ਦਾ ਇੱਕੋ ਹੋਣਾ ਚਾਹੀਦਾ। ਤਾਂ ਇਸ ਕਰਕੇ ਇਹ ਗੱਲ ਇੱਕ ਇਹ ਵੀ ਸਾਬਤ ਕਰਦੀ ਆ ਕਿ ਤੁਸੀਂ ਸਿਰਫ ਬਾਹਰਲੀ ਦਿੱਖ ਦੇ ਨਾਲ ਜੇ ਲੋਕਾਂ ਨੂੰ ਕਹੋਗੇ ਜੀ ਕਿ ਅਸੀਂ ਸੱਚੇ ਬ੍ਰਾਹਮਣ ਹੈਗੇ ਹਾਂ ਜੀ ਜੀ, ਜੇ ਸੱਚੇ ਬ੍ਰਾਹਮਣ ਬਾਰੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਮੱਥੇ ਟਿੱਕਾ ਤੇਲ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਵੀ ਤੁਸੀਂ ਮੱਥੇ 'ਤੇ ਟਿੱਕਾ ਲਾਈ ਫਿਰਦੇ ਹੋ, ਜਨੇਊ ਪਾਇਆ ਆ, ਧੋਤੀ ਪਹਿਨੀ ਹੋਈ ਆ, ਪੂਰੇ ਐਂ ਪੰਡਿਤ ਬਣੇ ਹੋਏ ਹੋ, ਅਤੇ ਪਰ ਹੱਥ ਛੁਰੀ ਆ ਤੁਹਾਡੇ 'ਚ ਜੀ, ਅਤੇ ਜਗਤ ਨੂੰ ਕੋਹਦੇ ਪਏ ਹੋ ਛੁਰੀ ਦੇ ਨਾਲ ਜੀ, ਜਾਂ ਸੱਜਣ ਠੱਗ ਦੇ ਚਿੱਟੇ ਸਫੈਦ ਜਿਹੜੇ ਵਸਤਰ ਸੀਗੇ ਉਹ ਵੇਖ ਕੇ ਉਹਨਾਂ ਨੇ ਕਿਹਾ ਸੀ ਵੀ ਉੱਜਲ ਕਹਿਆਂ ਚਿਲਕ ਨਾ ਧੋਤਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ, ਮਤਲਬ ਉਹਨਾਂ ਨੇ ਸਾਰਾ ਜਿਹੜਾ ਸ਼ਬਦ ਸੀ ਨਾ ਸੱਜਣ ਠੱਗ ਨੂੰ ਸੁਣਾਇਆ, ਉਹਦਾ ਮਤਲਬ ਸੀ ਵੀ ਜਦੋਂ ਕਹਿਆਂ ਆ ਨਾ ਇਹ ਬਾਹਰੋਂ ਬਹੁਤ ਲਿਸ਼ਕਦਾ ਆ, ਪਰ ਜਦੋਂ ਇਹਨੂੰ ਰਗੜੀਏ ਤਾਂ ਇਹਦੇ ਥੱਲੇ ਉਹ ਕਾਲਖ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਬਗਲਾ ਭਗਤ ਆ ਉਹ ਵੇਖਣ ਨੂੰ ਤਾਂ ਬੜਾ ਚਿੱਟਾ ਹੈ ਜੀ, ਬਹੁਤ ਹੰਸਾਂ ਵਰਗਾ ਵੇਖਣ ਨੂੰ ਲੱਗਦਾ ਹੈ, ਪਰ ਉਹ ਖਲੋਤਾ ਹੁੰਦਾ ਹੈ ਛੱਪੜ ਦੇ ਕੰਢੇ, ਵੀ ਜਦੋਂ ਵੀ ਦਾਅ ਲੱਗੇ ਇੱਕ ਲੱਤ ਚੁੱਕ ਕੇ ਵੀ ਲੱਗਦਾ ਵੀ ਭਗਤੀ ਕਰਦਾ ਪਿਆ ਆ, ਪਰ ਲੱਤ ਚੁੱਕ ਕੇ ਭਗਤੀ ਨਹੀਂ ਕਰ ਰਿਹਾ ਹੁੰਦਾ, ਉਹ ਡੱਡੀ ਦੀ ਉਡੀਕ ਕਰਦਾ ਵੀ ਕਦੋਂ ਕਾਬੂ ਆ, ਜਾਂ ਮੱਛੀ ਕਦੋਂ ਕਾਬੂ ਆਉਂਦੀ ਹੈ ਅਤੇ ਉਹ ਆਪਣੀ ਚੁੰਝ ਵਿੱਚ ਪਾ ਕੇ ਅਤੇ ਉਹਨੂੰ ਅੰਦਰ ਕਰਦਾ। ਤਾਂ ਇਹ ਹੈ ਕਿ ਜਿਹੜੀ ਗੁਰੂ ਸਾਹਿਬਾਂ ਨੇ ਇਹ ਗੱਲਾਂ ਕਹੀਆਂ ਸੀਗੀਆਂ, ਨਹਾਵਣ ਚੱਲੇ ਤੀਰਥੀ ਤਨ ਖੋਟੇ ਮਨ ਚੋਰ, ਇੱਕ ਪੌ ਲੱਤੀ ਨਾਤੀਆਂ ਦੋ ਪੌ ਚੜ੍ਹੀ ਇਸ ਹੋਰ, ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਸੀ ਨਾ ਉਹਨਾਂ 'ਤੇ ਜਾਣ ਦੇ ਬਾਰੇ ਵੀ ਕਿਹਾ ਸੀ ਵੀ ਜਾਣ ਦਾ ਫਾਇਦਾ ਕੋਈ ਨਹੀਂ ਗਾ, ਜੇ ਤੁਸੀਂ ਖੋਟੇ ਮਨ ਦੇ ਨਾਲ ਉੱਥੇ ਜਾਣਾ ਹੈ ਕਿ ਨਹੀਂ, ਅਤੇ ਤੁਸੀਂ ਆਪਣਾ ਆਪਣੀ ਵੱਲੋਂ ਪਾਪ ਉਤਾਰਨ ਜਾਂਦੇ ਹੋ ਅਤੇ ਤੁਸੀਂ ਸਗੋਂ ਚਾਰ ਪਾਪ ਦੋ ਹੋਰ ਚੜ੍ਹਾ ਕੇ ਅਤੇ ਵਾਪਸ ਆ ਜਾਂਦੇ ਹੋ। ਇਸੇ ਕਰਕੇ ਹੀ ਇਹ ਜਿਹੜੀ ਭਾਈ ਮੇਵਾ ਸਿੰਘ, ਬਲਵੰਤ ਸਿੰਘ, ਭਾਗ ਸਿੰਘ ਵਰਸਿਸ ਬੇਲਾ ਸਿੰਘ ਦਾ ਅੰਮ੍ਰਿਤ ਛਕਣਾ ਹੈ, ਇਹ ਦਿੱਖ ਅਤੇ ਤੱਤ ਦੇ ਵਿਰੋਧ ਦੀ ਗੱਲ ਹੈ ਜੀ। ਬੇਲਾ ਸਿੰਘ ਜਿਹੜਾ ਆ ਉਹ ਕਹਿਣ ਦਾ ਸਿੱਖ ਆ, ਉਹ ਗੁਰੂ ਦਾ ਸਿੱਖ ਨਹੀਂ ਜੀ, ਉਹ ਦਿੱਖ ਦਾ ਸਿੱਖ ਆ, ਉਹ ਗੁਰੂ ਦੀ ਸਿੱਖਿਆ ਵਾਲਾ ਸਿੱਖ ਨਹੀਂ ਹੈ ਜੀ। ਔਰ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਵੀ ਉਹ ਇਸ ਪਾਸੇ ਪੈ ਕਿਵੇਂ ਗਿਆ, ਇਹ ਅਗਲੇ ਦੌਰ ਦੇ ਵਿੱਚ ਆਪਾਂ ਜਿਵੇਂ ਜਾਣਦੇ ਹਾਂ ਕਿ ਹੌਲੀ ਹੌਲੀ ਜਿਹੜਾ ਸੀਗਾ ਉਹ ਸਾਡੇ ਲੋਕਾਂ ਨੂੰ ਜਦੋਂ ਇਹ ਅਹਿਸਾਸ ਹੋਇਆ ਜੀ ਕਿ ਅਸੀਂ ਤਾਂ ਗੁਲਾਮ ਹਾਂ,
ਅਸੀਂ ਇਹ ਜਿਹੜੀਆਂ ਵਰਦੀਆਂ ਪਾਈ ਫਿਰਦੇ ਹਾਂ, ਆਪਾਂ ਜ਼ਿਕਰ ਕੀਤਾ ਸੀਗੇ, ਇਹ ਵਰਦੀਆਂ ਤਾਂ ਸਾਡੀ ਗੁਲਾਮੀ ਦਾ ਚਿੰਨ੍ਹ ਨੇ, ਭਾਈ ਨੱਥਾ ਸਿੰਘ ਨੇ, ਭਾਈ ਗਰੀਬ ਸਿੰਘ ਨੇ, ਔਰ ਭਾਈ ਭਾਗ ਸਿੰਘ ਹੋਰਾਂ ਨੇ ਜਦੋਂ ਆਪਣੀਆਂ ਵਰਦੀਆਂ ਅਤੇ ਆਪਣੇ ਸਰਟੀਫਿਕੇਟ ਸਾੜੇ ਅਤੇ ਸ਼ਾਮ ਨੂੰ ਫਿਰ ਗੁਰਦੁਆਰੇ ਵਿੱਚ ਵਰਦੀਆਂ ਦੀ ਹੋਲੀ ਸਾੜੀ ਗਈ, ਤਗਮਿਆਂ ਦੀ ਅਤੇ ਸਰਟੀਫਿਕੇਟਾਂ ਦੀ ਹੋਲੀ ਸਾੜੀ ਗਈ ਕਿ ਇਹ ਗੁਲਾਮੀ ਦੇ ਚਿੰਨ੍ਹ ਨੇ, ਤਾਂ ਉਸ ਵੇਲੇ ਇੱਕ ਜਿਵੇਂ ਕਹਿੰਦੇ ਨਾ ਇੱਕ ਇੱਕ ਬਿੰਦੂ ਦਾ, ਜਿਵੇਂ ਆਹ ਸੋਫੇ ਦੀ ਆ ਨੁੱਕਰ ਹੈਗੀ ਆ, ਇਸ ਨੁੱਕਰ ਤੋਂ ਜਦੋਂ ਤੁਸੀਂ ਇਸ ਪਾਸੇ ਨੂੰ ਤੁਰਦੇ ਹੋ ਤਾਂ ਐਨੋ ਆਉਂਦਾ, ਇੱਥੇ ਤੁਸੀਂ ਇਕੱਠੇ ਹੋ, ਅਤੇ ਜਦੋਂ ਇਸ ਪਾਸੇ ਨੂੰ ਤੁਰਨ ਦਿੰਦਾ ਅਤੇ ਜਦੋਂ ਜਦੋਂ ਉਹ ਇੱਧਰੋਂ ਤੁਰਦਾ ਜਾਂਦਾ, ਦੂਜਾ ਇੱਧਰ ਤੁਰਦਾ ਜਾਂਦਾ, ਅਤੇ ਵੇਖ ਇੱਥੋਂ ਐਡੀ ਲੰਮੀ ਹੋ ਜਾਂਦੀ, ਚੌੜੀ ਹੋ ਜਾਂਦੀ ਹੈ। ਅੰਮ੍ਰਿਤ ਛਕਣ ਵੇਲੇ ਬੇਲਾ ਸਿੰਘ ਅਤੇ ਮੇਵਾ ਸਿੰਘ ਅਤੇ ਭਾਗ ਸਿੰਘ ਇੱਥੇ ਨੁੱਕਰ 'ਤੇ ਖੜੋਤੇ ਹੋਏ ਨੇ। ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਰੋਸ ਦੀ ਲਹਿਰ ਸ਼ੁਰੂ ਹੁੰਦੀ ਆ, ਵਰਦੀਆਂ ਸਾੜਨ ਅਤੇ ਪਾੜਨ ਤੋਂ ਬਾਅਦ ਇੱਕ ਸੁੱਚੇ ਦੇਸ਼ ਭਗਤ ਇਨਸਾਨ ਪੈਦਾ ਹੋਣੇ ਸ਼ੁਰੂ ਹੁੰਦੇ ਨੇ, ਅਤੇ ਉਹਨਾਂ ਦੇ ਨਾਲ ਸੰਮਤੀ ਨਹੀਂ ਰੱਖਦਾ ਬੇਲਾ ਸਿੰਘ, ਉਹ ਦੂਜੇ ਪਾਸੇ ਤੁਰਨਾ ਸ਼ੁਰੂ ਕਰ ਦਿੰਦਾ, ਉਹ ਵਰਦੀਆਂ ਨਹੀਂ ਕਿ ਸਾੜਦੇ, ਉਹਦੇ ਸਾਥੀ ਵਰਦੀਆਂ ਨਹੀਂ ਸਾੜਦੇ। ਭਾਈ ਭਾਗ ਸਿੰਘ ਹੋਰੀ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨ ਜਿਹੜੇ ਮਨਾਏ ਜਾਣੇ ਉਹਦੇ ਵਾਸਤੇ ਵੈਨਕੂਵਰ ਦੇ ਮੇਅਰ ਦਾ ਸੱਦਾ ਜਿਹੜਾ ਉਹ ਅਪ੍ਰਵਾਨ ਕਰ ਦਿੰਦੇ ਨੇ, ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਫੌਜੀ ਸਾਬਕਾ ਲੈ ਕੇ ਆਓ ਪਰੇਡ ਵਿੱਚ ਵਰਦੀਆਂ ਪਾ ਕੇ ਅਤੇ ਇੱਥੇ ਜਲੂਸ ਵਿੱਚ ਸ਼ਾਮਿਲ ਹੋਣ, ਉਹ ਨਹੀਂ ਜਾਂਦੇ, ਪਰ ਬੇਲਾ ਸਿੰਘ ਉਹਨਾਂ ਦੇ ਸਾਥੀ ਉੱਥੇ ਜਾਂਦੇ ਨੇ ਔਰ ਗਵਰਨਰ ਜਨਰਲ ਨੂੰ ਸਨਮਾਨ ਪੱਤਰ ਵੀ ਦਿੰਦੇ ਨੇ। ਤਾਂ ਇਹ ਇੱਕ ਜਿਹੜੀ ਸੀ ਕਿ ਨਹੀਂ ਇੱਕ ਬਿੰਦੂ ਤੋਂ ਅਗਲੇ ਪਾਸੇ ਜਿਵੇਂ ਜਿਵੇਂ ਭਗਤ ਸਿੰਘ ਉਹਨਾਂ ਦਾ ਪਰਿਵਾਰ ਜਿਹੜਾ ਕਿ ਨਹੀਂ ਇੱਕ ਪੁਆਇੰਟ ਤੋਂ ਉੱਤੋਂ ਦੋ ਭਰਾ ਸੁਰਜਣ ਸਿੰਘ ਅਤੇ ਅਰਜਨ ਸਿੰਘ ਨੇ, ਸੁਰਜਣ ਸਿੰਘ ਜਿਹੜਾ ਉਹ ਇੱਕ ਪੁਆਇੰਟ ਤੋਂ ਦੂਜੇ ਪਾਸੇ ਤੁਰ ਪਿਆ, ਅਰਜਨ ਸਿੰਘ ਦੂਜੇ ਪਾਸੇ ਤੁਰ ਪਿਆ, ਇੱਕ ਦੇਸ਼ ਭਗਤਾਂ ਦਾ ਸਿਖਰ ਬਣ ਗਿਆ, ਦੂਜਾ ਗਦਾਰੀ ਦਾ ਸਿਖਰ ਬਣ ਗਿਆ ਜੀ। ਤਾਂ ਇਹ ਇਹ ਆਪਣੇ ਆਪ ਵਿੱਚ ਇੱਕ ਵੱਖਰੀ ਕਹਾਣੀ, ਉਹ ਵੀ ਦੱਸੀ ਜਾ ਸਕਦੀ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਵੀ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਗੱਲਬਾਤ ਚੱਲ ਰਹੀ ਹੈ, ਲੇਕਿਨ ਇਹ ਪੁਆਇੰਟ ਜਿਹੜਾ ਜੀ ਇਹ ਵੀ ਸਾਡੇ ਜਿਹੜੇ ਹੈਗੇ ਦਰਸ਼ਕਾਂ ਨੂੰ ਨਹੀਂ ਪਤਾ ਹੋਵੇਗਾ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ, ਲੇਕਿਨ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਸੋ ਦੋਸਤੋ, ਤੁਸੀਂ ਕਿਤੇ ਜਾਣਾ ਨਾ, ਬਹੁਤ ਜਿਹੜਾ ਜੀ ਵਧੀਆ ਪੁਆਇੰਟ ਉਠਾਇਆ ਡਾਕਟਰ ਸੰਧੂ ਹੋਣਾ ਨੇ, ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਦੀ ਗੱਲ ਕੀਤੀ, ਉਹਨਾਂ ਬਾਰੇ ਵੀ ਪਹਿਲਾਂ ਆਪਾਂ ਜਾਣਾਂਗੇ, ਉਸ ਤੋਂ ਬਾਅਦ ਫਿਰ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਦੀ ਗੱਲਬਾਤ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ, ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੋ ਐਂਡ ਅਦਰ ਪਲੈਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਅਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਦੋਸਤੋ, ਗੱਲਬਾਤ ਤਾਂ ਵੈਸੇ ਚੱਲ ਰਹੀ ਹੈ ਜੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਬਾਰੇ, ਲੇਕਿਨ ਬ੍ਰੇਕ ਤੋਂ ਪਹਿਲਾਂ ਗੱਲ ਚੱਲੀ ਸੀ ਜੀ ਕਿ ਸ਼ਹੀਦ ਭਗਤ ਸਿੰਘ ਦੇ ਜਿਹੜੇ ਦਾਦਾ ਜੀ ਸੀਗੇ ਔਰ ਉਹਨਾਂ ਦੇ ਜਿਹੜੇ ਭਰਾ ਸੀਗੇ, ਦੋਨਾਂ ਦੇ ਵਿੱਚ ਵਿਚਾਰਧਾਰਕ ਵਖਰੇਵਾਂ ਕਿਵੇਂ ਸੀ, ਸੋ ਇਹ ਵੀ ਗੱਲਬਾਤ ਜਿਹੜੀ ਹੈ ਜੀ ਕਰਦੇ ਡਾਕਟਰ ਸੰਧੂ ਦੇ ਨਾਲ। ਡਾਕਟਰ ਸਾਹਿਬ, ਇਹ ਵੀ ਸੰਖੇਪ ਦੇ ਵਿੱਚ ਆਪਾਂ ਗੱਲ ਕਰਦੇ ਜਾਈਏ, ਮੈਨੂੰ ਵੀ ਇਹ ਗੱਲ ਪਹਿਲੀ ਵਾਰੀ ਤੁਹਾਡੇ ਤੋਂ ਹੀ ਪਤਾ ਲੱਗੀ ਕਿ ਕਿਵੇਂ ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਅਰਜਨ ਸਿੰਘ ਅਤੇ ਉਹਨਾਂ ਦੇ ਭਰਾ ਸੁਰਜਣ ਸਿੰਘ, ਇੱਕ ਦੇਸ਼ ਭਗਤ ਨੇ ਅਰਜਨ ਸਿੰਘ ਔਰ ਦੂਸਰੇ ਪਾਸੇ ਦੂਜਿਆਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਰਲਦੇ, ਸੋ ਇਹ ਵੀ ਸੰਖੇਪ 'ਚ ਦੱਸਦੇ ਜਾਓ। ਇਹ ਗੱਲ ਤਾਂ ਆਪਣੀ ਇੱਥੋਂ ਇਸ ਨੁਕਤੇ ਤੋਂ ਨਿਕਲੀ ਸੀ ਵੀ ਜਦੋਂ ਭਾਈ ਮੇਵਾ ਸਿੰਘ ਹੋਰੀ, ਭਾਈ ਭਾਗ ਸਿੰਘ ਹੋਰੀ, ਬਲਵੰਤ ਸਿੰਘ ਹੋਰੀ ਅੰਮ੍ਰਿਤ ਛਕਦੇ ਨੇ, ਅਤੇ ਉਦੋਂ ਅਗਲੇ ਪੜਾਅ ਦੇ ਵਿੱਚ ਜਿਹੜੇ ਸੰਗਤ ਅੰਮ੍ਰਿਤ ਛਕਦੀ ਹੈ, 6 ਸੱਜਣ ਛਕਦੇ ਨੇ, ਉਹਨਾਂ ਵਿੱਚ ਭਾਈ ਬੇਲਾ ਸਿੰਘ ਜਿਹੜੇ ਉਹ ਵੀ ਅੰਮ੍ਰਿਤ ਛਕਦੇ ਨੇ ਜੀ। ਅਤੇ ਆਪਾਂ ਗੱਲ ਇਹ ਕਰ ਰਹੇ ਸੀਗੇ ਕਿ ਭਾਈ ਬੇਲਾ ਸਿੰਘ ਦੀ ਦਿੱਖ ਜਿਹੜੀ ਆ ਉਹ ਤਾਂ ਸਿੱਖ ਵਾਲੀ ਹੈਗੀ ਆ, ਬਿਲਕੁਲ, ਪਰ ਜਿਹੜਾ ਤੱਤ ਹੈ ਉਹ ਭਾਈ ਮੇਵਾ ਸਿੰਘ ਅਤੇ ਭਾਈ ਬਲਵੰਤ ਸਿੰਘ ਅਤੇ ਭਾਈ ਭਾਗ ਸਿੰਘ ਹੋਣਾ ਵਿੱਚ ਸਿੱਖੀ ਵਾਲਾ ਹੈਗਾ। ਉਹ ਬਾਹਰ ਦੇ ਵੀ ਸਿੱਖ ਨੇ, ਉਹ ਅੰਦਰ ਦੇ ਵੀ ਸਿੱਖ ਨੇ, ਭੇਖੀ ਸਿੱਖ ਨਹੀਂ ਹੈ ਜੀ, ਬੇਲਾ ਸਿੰਘ ਭੇਖੀ ਸਿੱਖ ਹੈਗਾ। ਤਾਂ ਗੱਲ ਕਰ ਰਹੇ ਸੀ ਵੀ ਇੱਕ ਪੁਆਇੰਟ ਦੇ ਉੱਤੇ ਦੋਵੇਂ ਅੰਮ੍ਰਿਤ ਧਾਰੀ ਨੇ ਇੱਕੇ ਥਾਂ 'ਤੇ ਅੰਮ੍ਰਿਤ ਛਕਦੇ ਨੇ, ਸ਼ਾਇਦ ਉਸ ਵੇਲੇ ਜਦੋਂ ਅੰਮ੍ਰਿਤ ਛਕ ਰਿਹਾ ਹੋਵੇ ਉਸ ਵੇਲੇ ਬੇਲਾ ਸਿੰਘ ਦਾ ਮਨ ਵੀ ਪਵਿੱਤਰ ਹੀ ਹੋਵੇ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕੋਈ ਖੋਟੇ ਮਨ ਨਾਲ ਅੰਮ੍ਰਿਤ ਛਕ ਰਿਹਾ ਹੋਊਗਾ, ਉਹਦੇ ਮਨ ਵਿੱਚ ਵੀ ਗੁਰੂ ਦਾ ਪਿਆਰ ਜਾਗਿਆ ਹੋਊਗਾ ਤਾਂ ਹੀ ਅੰਮ੍ਰਿਤ ਛਕਿਆ ਉਹਨੇ, ਠੀਕ ਹੈ ਨਾ। ਪਰ ਇੱਕ ਪੁਆਇੰਟ ਤੋਂ ਬਾਅਦ ਜਦੋਂ ਆਪਣੇ ਵਿਹਾਰਕ ਜੀਵਨ ਦੇ ਵਿੱਚ ਬੰਦੇ ਜਿਹੜੇ ਨੇ ਉਹ ਇੱਕ ਦੂਜੇ ਦੇ ਖਿਲਾਫ ਉਲਟ ਤੁਰਦੇ ਨੇ, ਅਤੇ ਇੱਕ ਬਿੰਦੂ ਤੋਂ ਇੱਕ ਦੂਜੇ ਪਾਸੇ ਤੁਰ ਜਾਂਦਾ, ਇੱਕ ਦੂਜੇ ਪਾਸੇ ਤੁਰ ਜਾਂਦਾ, ਇੱਕ ਦੇਸ਼ ਭਗਤ ਬਣ ਜਾਂਦਾ, ਇੱਕ ਗਦਾਰ ਬਣ ਜਾਂਦਾ, ਅਤੇ ਇਹ ਗੱਲ
ਆਪਾਂ ਕੀਤੀ ਸੀ ਕਿ ਭਗਤ ਸਿੰਘ ਉਹਨਾਂ ਦੇ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ, ਉਹ ਇੱਕ ਪੁਆਇੰਟ ਜਿਹੜਾ ਹੈ ਕਿ ਨਹੀਂ ਉਹਨਾਂ ਦੇ ਨਿਖੜਨ ਦਾ, ਦੋਵਾਂ ਭਰਾਵਾਂ ਦੇ ਅਰਜਨ ਸਿੰਘ ਅਤੇ ਸੁਰਜਨ ਸਿੰਘ ਦਾ, ਉਹ ਇਹ ਸੀਗਾ ਕਿ ਚੀਨ ਤੋਂ ਇੱਕ ਬੰਦਾ ਆਉਂਦਾ, ਪਿੰਡ ਦਾ ਉਹਦਾ ਦਰਜੀ ਆ, ਉਹ ਪਲੇਗ ਦੀ ਬਿਮਾਰੀ ਨਾਲ ਲੈ ਕੇ ਆਉਂਦਾ ਅਤੇ ਉਸ ਬਿਮਾਰੀ ਦੇ ਕਰਕੇ ਵੀ ਇਹ ਬਿਮਾਰੀ ਫੈਲ ਨਾ ਜਾਵੇ, ਕਿਉਂਕਿ ਬੜੀ ਵੱਡੀ ਮਹਾਂਮਾਰੀ ਸੀਗੀ, ਇੱਕ ਤੋਂ ਬਾਅਦ ਦੂਜੇ ਨੂੰ ਝੱਟ ਲੱਗ ਜਾਂਦੀ ਸੀ ਔਰ ਬੰਦਾ ਮਰਦਾ ਵੀ ਬੜੀ ਛੇਤੀ ਸੀ, ਲੱਖਾਂ ਲੋਕ ਪਲੇਗ ਨਾਲ ਉਦੋਂ ਮਰੇ ਜਦੋਂ ਮਹਾਂਮਾਰੀ ਫੈਲੀ ਹੈ ਨਾ। ਅਤੇ ਅੰਗਰੇਜ਼ ਸਰਕਾਰ ਦਾ ਇਹ ਹੁਕਮ ਆਇਆ ਕਿ ਇਸ ਦਰਜੀ ਦਾ ਘਰ ਜਿਹੜਾ ਹੈ, ਜਿਹਦੇ ਪਲੇਗ ਹੋਈ, ਇਹਦਾ ਘਰ ਢਾਹ ਕੇ ਅਤੇ ਇਹਨੂੰ ਅੱਗ ਲਾ ਦਿੱਤੀ ਜਾਵੇ ਜੀ। ਜਦੋਂ ਇਹ ਹੁਕਮ ਹੋਇਆ ਅਤੇ ਸਰਦਾਰ, ਜਿਹੜੇ ਪਿੰਡ ਦੇ ਮੋਹਤਬਰ ਬੰਦੇ ਸਨ ਉਹਨਾਂ ਦੇ ਵਿੱਚੋਂ ਸਰਦਾਰ ਅਰਜਨ ਸਿੰਘ ਜਿਹੜੇ ਸਨ, ਭਗਤ ਸਿੰਘ ਦੇ ਦਾਦਾ ਜੀ, ਕਿਸ਼ਨ ਸਿੰਘ ਦੇ ਪਿਤਾ ਜੀ ਜਿਹੜੇ ਸਨ, ਉਹ ਉਹਨਾਂ ਦੇ ਵਿੱਚ ਸੀਗੇ, ਉਹਨਾਂ ਦਾ ਭਰਾ ਸੁਰਜਨ ਸਿੰਘ ਸੀਗਾ। ਅਤੇ ਜਦੋਂ ਇਹ ਗੱਲ ਹੋਈ ਤਾਂ ਸਰਦਾਰ ਅਰਜਨ ਸਿੰਘ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਗੱਲ ਹੈ ਜੀ, ਅਤੇ ਉਹਨਾਂ ਨੇ ਵਿਰੋਧ ਕੀਤਾ। ਜਿਹੜੇ ਕਰਮਚਾਰੀ ਆਏ ਸਰਕਾਰੀ, ਉਹਨਾਂ ਨੇ ਕਿਹਾ ਵੀ ਇਹਨਾਂ ਦਾ ਘਰ ਜਿਹੜਾ ਹੈ ਤੁਸੀਂ ਕਿਵੇਂ ਢਾ ਸਕਦੇ ਹੋ, ਕਿਵੇਂ ਸਾੜ ਸਕਦੇ ਹੋ, ਜਿੰਨਾ ਚਿਰ ਤੱਕ ਇਹਨੂੰ ਬਦਲਵਾਂ ਪ੍ਰਬੰਧ ਨਹੀਂ ਇਹਦੇ ਰਹਿਣ ਦਾ ਕਰਦੇ ਤੁਸੀਂ, ਠੀਕ ਹੈ, ਇਹ ਬਿਲਕੁਲ ਗਲਤ ਗੱਲ ਹੈਗੀ ਆ ਜੀ, ਇਹ ਠੀਕ ਗੱਲ ਨਹੀਂ ਹੈਗੀ, ਇਹਦੇ ਪਹਿਲਾਂ ਰਹਿਣ ਦਾ ਬੰਦੋਬਸਤ ਕਰੋ, ਘਰ ਤੁਸੀਂ ਇਹਦਾ ਢਾਤਾ, ਅੱਗੋਂ ਨੂੰ ਤੁਸੀਂ ਲਾ ਦਿਓਗੇ ਤਾਂ ਉਹ ਕਿੱਥੇ ਰਹੂਗਾ ਜੀ। ਜਦੋਂ ਕਿ ਦੂਜੇ ਪਾਸੇ ਸੁਰਜਨ ਸਿੰਘ ਨੇ ਉਲਟ ਦਲੀਲ ਲਈ, ਉਹਨੇ ਕਿਹਾ ਕਿ ਸਾਨੂੰ ਸਰਕਾਰ ਦੇ ਜਿਹੜੇ ਫੈਸਲੇ ਨੇ, ਸਰਕਾਰ ਦੇ ਹੁਕਮ ਨੇ ਨਾ, ਉਹਨਾਂ ਦੇ ਵਿੱਚ ਟੰਗ ਨਹੀਂ ਅੜਾਉਣੀ ਚਾਹੀਦੀ ਜੀ, ਸਾਨੂੰ ਸਰਕਾਰ ਦੇ ਨਾਲ ਸਹਿਮਤੀ ਦਰਜ ਕਰਾਉਣੀ ਚਾਹੀਦੀ ਆ ਜੀ। ਅਰਜਨ ਸਿੰਘ ਨੇ ਕਿਹਾ ਵੀ ਮੈਂ ਸਹਿਮਤੀ ਦਰਜ ਨਹੀਂ ਕਰਾਵਾਂਗਾ, ਠੀਕ ਹੈ, ਮੈਂ ਵਿਰੋਧ ਕਰਾਂਗਾ, ਤੇਰੀ ਜੇ ਇੱਛਾ ਹੈਗੀ ਆ ਤੂੰ ਸਰਕਾਰ ਨਾਲ ਸਹਿਮਤ ਹੋਣਾ ਤੇ ਤੂੰ ਹੋ, ਤੋ ਇਸ ਬਿੰਦੂ ਤੋਂ ਜੀ ਦੋਵੇਂ ਭਰਾ ਨਿਖੜ ਗਏ, ਠੀਕ ਹੈ। ਔਰ ਜਿਹੜਾ ਸੀਗਾ ਉਹ ਸੁਰਜਨ ਸਿੰਘ ਅਤੇ ਉਹਦਾ ਪਰਿਵਾਰ ਜਿਹੜਾ ਅੱਗੇ ਪੀੜ੍ਹੀਆਂ ਜਿਹੜੀਆਂ ਨੇ ਉਹ ਸਰਕਾਰ ਪ੍ਰਸਤ ਬਣ ਗਈਆਂ, ਠੀਕ ਹੈ। ਔਰ ਅਰਜਨ ਸਿੰਘ ਦਾ ਜਿਹੜਾ ਸਾਰਾ ਖਾਨਦਾਨ ਹੈਗੇ, ਕਿਸ਼ਨ ਸਿੰਘ ਅਤੇ ਭਗਤ ਸਿੰਘ ਹੋਰਾਂ ਦਾ ਸਾਰਾ ਆਪਾਂ ਵੇਰਵਾ ਜਾਣਦੇ ਹੈਗੇ ਹਾਂ, ਅਜੀਤ ਸਿੰਘ ਹੁਣੀ ਇਹ ਕਿਵੇਂ ਦੇਸ਼ ਦੇ ਉੱਤੇ ਕੁਰਬਾਨ ਹੋਏ ਆਪਾਂ ਜਾਣਦੇ ਹਾਂ। ਔਰ ਜਦੋਂ ਸਰਦਾਰ ਕਿਸ਼ਨ ਸਿੰਘ ਲਾਲਪੁਰ ਵਾਲੇ ਚੱਕ ਦੇ ਵਿੱਚ ਜਿੱਥੇ ਭਗਤ ਸਿੰਘ ਹੋਰੇ ਜੰਮੇ ਸਨ, ਉਸ ਪਿੰਡ ਵਿੱਚ ਜਦੋਂ ਮੋਰਚੇ ਅਕਾਲੀ ਲੱਗੇ ਹੋਏ ਸਨ ਅਤੇ ਜਥਾ ਗਿਆ ਸੀ ਨਾ, ਉਸ ਜਥੇ ਨੂੰ ਲੰਗਰ ਪਾਣੀ ਛਕਾਉਣ ਦੀ ਸੇਵਾ ਜਿਹੜੀ ਸੀਗੀ ਉਹ ਭਗਤ ਸਿੰਘ ਨੇ 17 ਸਾਲ ਦੀ ਉਮਰ ਵਿੱਚ ਕੀਤੀ ਸੀਗੀ ਜੀ, ਜਦੋਂ ਕਿ ਉਹਦਾ ਚਾਚਾ ਜਿਹੜਾ ਲੱਗਦਾ ਸੀ ਰਿਸ਼ਤੇ ਵਿੱਚੋਂ, ਸੁਰਜਨ ਸਿੰਘ ਦਾ ਪੁੱਤ ਦਿਲਬਾਗ ਸਿੰਘ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਮਿਲਿਆ ਸੀ, ਠੀਕ ਹੈ, ਉਹਨੇ ਵਿਰੋਧ ਕੀਤਾ, ਉਹਨੇ ਕਿਹਾ ਕਿ ਇਹਨਾਂ ਨੂੰ ਇੱਥੇ ਲੰਗਰ ਨਹੀਂ ਛਕਾਉਣਾ ਚਾਹੀਦਾ, ਇਹ ਗਲਤ ਗੱਲ ਹੈਗੀ। ਉਹ ਇਹ ਆਪਾਂ ਗੱਲ ਬਿਲਕੁਲ ਭਗਤ ਸਿੰਘ ਹੁਣਾਂ ਦੇ ਜੀਵਨ ਬਾਰੇ ਵੀ ਆਪਾਂ ਲੰਬੀ ਇੱਕ ਲੜੀ ਜਿਹੜੀ ਹੈ ਜੀ ਸ਼ੁਰੂ ਕਰਾਂਗੇ, ਲੇਕਿਨ ਹੁਣ ਆਪਾਂ ਫਿਰ ਵਾਪਸ ਕਰਦੇ ਹਾਂ ਜੀ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਤੇ ਮੇਵਾ ਸਿੰਘ ਹੁਣਾਂ ਬਾਰੇ, ਮੇਵਾ ਸਿੰਘ ਹੁਣਾਂ ਬਾਰੇ ਆਪਾਂ ਗੱਲ ਕਰਦੇ ਪਏ ਸੀਗੇ ਕਿ ਮੇਵਾ ਸਿੰਘ ਇੱਕ ਸੱਚੇ ਸਿੱਖ ਦੀ ਸੁੱਚੀ ਤਸਵੀਰ ਸਨ, ਔਰ ਆਪਾਂ ਜ਼ਿਕਰ ਕੀਤਾ ਸੀ ਕਿ ਉਹ ਸੇਵਾ ਦੇ ਵਿੱਚ ਲਗਾਤਾਰ ਜੁੱਟੇ ਰਹਿਣ ਵਾਲੇ ਸੱਜਣ ਸੀਗੇ, ਠੀਕ ਹੈ, ਉਹਨੂੰ ਖੁਸ਼ੀ ਹੁੰਦੀ ਸੀ ਦੂਜਿਆਂ ਦੇ ਕੰਮ ਆ ਕੇ ਜੀ। ਮਸਲਨ ਜਦੋਂ ਪ੍ਰੋਫੈਸਰ ਤੇਜਾ ਸਿੰਘ ਇੱਥੇ ਆਉਂਦੇ ਨੇ ਜੀ, ਤਾਂ ਉਹ ਪ੍ਰੋਫੈਸਰ ਤੇਜਾ ਸਿੰਘ ਦੇ ਨਾਲ ਬੀਬੀ ਬਿਸ਼ਨ ਕੌਰ ਉਹਦੀ ਪਤਨੀ, ਉਹਨਾਂ ਦੇ ਬੱਚੇ ਸਨ ਜੀ, ਤਾਂ ਉਹ ਭਾਈ ਮੇਵਾ ਸਿੰਘ ਬੱਚਿਆਂ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਪਰਿਵਾਰ ਦੀ ਵੀ ਦੇਖਭਾਲ ਕਰਦੇ ਨੇ, ਮਤਲਬ ਜਿੱਥੇ ਗੁਰਦੁਆਰੇ ਦਾ ਕੰਮ ਕਰਦੇ ਨੇ ਉੱਥੇ ਬੜੀ ਸ਼ਰਧਾ ਨਾਲ ਉਹਨਾਂ ਦੀ ਸੇਵਾ ਕਰਦੇ ਨੇ, ਮਤਲਬ ਉਹ ਇਸ ਤਰ੍ਹਾਂ ਦੇ ਇਨਸਾਨ ਸਨ ਜਿਹਨਾਂ ਬਾਰੇ ਕਿਹਾ ਜਾਵੇ ਨਾ ਵੀ ਜਦੋਂ ਕੋਈ ਕੰਮ ਜ਼ਰੂਰੀ ਕਰਨਾ ਹੋਵੇ ਅਤੇ ਆਪਾਂ ਕਹਿ ਦਿੰਦੇ ਹਾਂ ਨਾ ਵੀ ਫਲਾਣੇ ਨੂੰ ਆਖੋ ਵੀ ਇਹ ਕੰਮ ਕਰੇ, ਹੈ ਨਾ, ਆਪ ਤੁਸੀਂ ਵਿਹਲੇ ਨਹੀਂ ਹੁੰਦੇ ਅਤੇ ਤੁਹਾਨੂੰ ਤਾਂ ਵੀ ਫਲਾਣਾ ਕੰਮ ਮੇਵਾ ਸਿੰਘ ਨੂੰ ਆਖੋ, ਫਲਾਣਾ ਕੰਮ ਮੇਵਾ ਸਿੰਘ ਨੂੰ ਆਖੋ, ਤਾਂ ਮੇਵਾ ਸਿੰਘ ਜਿਹੜਾ ਸੀ ਕਿ ਨਹੀਂ ਉਹ ਹਰ ਕੰਮ ਵਾਸਤੇ ਤਿਆਰ ਹੁੰਦਾ। ਬਾਬਾ ਜਵਾਲਾ ਸਿੰਘ ਠੱਠੀਆਂ ਵਾਲੇ ਜਿਹੜੇ ਕੈਲੀਫੋਰਨੀਆ ਵਿੱਚ ਰਹਿੰਦੇ ਸਨ, ਦੇਸ਼ ਭਗਤ ਜਿਹੜੇ ਸਨ, ਉਹ ਇੱਥੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਭਾਈ ਭਾਗ ਸਿੰਘ ਅਤੇ ਬਲਵੰਤ ਸਿੰਘ ਹੋਰਾਂ ਨੇ, ਜਦੋਂ ਪਰਿਵਾਰਾਂ ਦਾ ਮਸਲਾ ਲੈ ਕੇ ਅਤੇ ਵਫਦ ਜਾਣਾ ਸੀ ਇੰਡੀਆ ਨੂੰ, ਅਤੇ ਜਵਾਲਾ ਸਿੰਘ ਹੋਰਾਂ ਨੂੰ ਸੱਦਿਆ ਸੀ ਇੱਥੇ ਵੀ ਉਹ ਅਮਰੀਕਾ ਵਾਲੇ ਅਤੇ ਕਨੇਡਾ ਵਾਲੇ ਰਲ ਕੇ ਸਲਾਹ ਕਰੀਏ, ਅਤੇ ਜਵਾਲਾ ਸਿੰਘ ਹੋਰਾਂ ਨੇ ਆਪਣੀ ਉਹ ਡਾਇਰੀ ਲਿਖੀ ਸੀ, ਉਸ ਡਾਇਰੀ ਵਿੱਚ ਜ਼ਿਕਰ ਆਉਂਦਾ ਆ ਕਿ ਜਦੋਂ ਮੈਂ ਉੱਥੇ ਗਿਆ ਹਾਂ ਅਤੇ ਉਦੋਂ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਸੀਗਾ, ਅਤੇ ਉਸ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਉੱਤੇ ਜਿਹੜੀ ਲੰਗਰ ਦੀ ਸੇਵਾ ਸੀ ਦੋ ਬੰਦੇ ਕਰ ਰਹੇ ਸੀ, ਇੱਕ ਸੀ ਰਾਮ ਸਿੰਘ ਧੁਲੇਤਾ ਅਤੇ ਇੱਕ ਸੀ ਭਾਈ ਮੇਵਾ ਸਿੰਘ ਜੀ, ਅਤੇ ਅਸਲ 'ਚ ਗੱਲ ਇਹ ਸੀ ਕਿ ਰਾਮ ਸਿੰਘ ਧੁਲੇਤਾ ਤਾਂ ਪੈਸੇ ਵਾਲਾ ਬੰਦਾ ਸੀਗਾ, ਉਹਨੇ ਪੈਸੇ ਦਿੱਤੇ ਸੀਗੇ ਰਸਤ ਪਾਣੀ ਲਿਆਉਣ ਲਈ, ਅਤੇ ਸਾਰੀ ਸੇਵਾ ਲੰਗਰ ਦੀ ਜਿਹੜੀ ਸੀਗੀ ਨਾ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਦੇ ਉੱਤੇ ਇਹ ਭਾਈ ਮੇਵਾ ਸਿੰਘ ਨੇ ਕੀਤੀ ਸੀਗੀ, ਠੀਕ ਹੈ ਜੀ, ਮਤਲਬ ਮੇਵਾ ਸਿੰਘ ਹਰ ਕੰਮ ਨੂੰ ਆਪ ਸੰਭਾਲਣ ਵਾਲਾ, ਸੇਵਾ ਵਿੱਚ ਆਪ ਅੱਗੇ ਹੋ ਕੇ ਕੰਮ ਕਰਨ ਵਾਲਾ, ਔਰ ਸਾਰਿਆਂ ਦਾ ਤਕੀਆ ਭਾਈ ਮੇਵਾ ਸਿੰਘ ਉੱਤੇ ਹੁੰਦਾ ਸੀ, ਔਰ ਮੇਵਾ ਸਿੰਘ ਸਭ ਦੀ ਜਿਹੜੀ ਸੀਗੀ ਉਹ ਆਸਰਾ ਬਣਦਾ ਸੀ, ਕੰਮ ਆਉਂਦਾ ਸੀਗਾ।
ਬਿਲਕੁਲ ਠੀਕ ਤੁਸੀਂ ਦੱਸਿਆ ਡਾਕਟਰ ਸਾਹਿਬ ਕਿ ਮੈਂ ਖੁਦ ਵੀ ਐਕਚੁਲੀ ਮੈਂ ਖੁਸ਼ਕਿਸਮ ਸਮਝਦਾ ਕਿ ਮੈਂ ਸ਼ਹੀਦ ਭਾਈ ਮੇਵਾ ਸਿੰਘ ਦੇ ਉੱਪਰ ਕੁਝ ਸਾਲ ਪਹਿਲਾਂ ਇੱਥੇ ਇੱਕ ਨਾਟਕ ਤਿਆਰ ਕੀਤਾ ਗਿਆ ਸੀ ਉਹਦੇ ਵਿੱਚ ਮੈਂ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਕਿਰਦਾਰ ਵੀ ਨਿਭਾਇਆ ਸੀਗਾ ਸੋ ਉਸ ਵੇਲੇ ਤੋਂ ਹੀ ਮੈਨੂੰ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਬਾਰੇ ਹੋਰ ਜਾਣਨ ਦਾ ਜਿਹੜਾ ਮੌਕਾ ਮਿਲਿਆ ਸੋ ਅੱਜ ਦਾ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਸੋ ਆਪਾਂ ਜਿਹੜੀਆਂ ਅਗਲੀਆਂ ਗੱਲਾਂ ਨੇ ਉਹ ਅਗਲੇ ਪ੍ਰੋਗਰਾਮ 'ਤੇ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਸੋ ਦੋਸਤੋ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਇੰਨੀ ਉੱਚੀ ਉਹਨਾਂ ਦੀ ਬੇਦਾਗ ਸ਼ਖਸੀਅਤ ਸੀ ਫਿਰ ਕੀ ਕਾਰਨ ਬਣਦੇ ਨੇ ਕਿਹੜੇ ਹਾਲਾਤ ਬਣਦੇ ਨੇ ਕਿ ਉਹਨਾਂ ਨੂੰ ਹਾਪਕਿਨਸਨ ਦਾ ਕਤਲ ਕਰਨਾ ਪੈ ਜਾਂਦਾ ਹੈ ਸੋ ਇਹਦਾ ਵਿਸਥਾਰ ਵੀ ਜਾਣਾਂਗੇ ਡਾਕਟਰ ਸੰਧੂ ਹੁਣਾਂ ਕੋਲੋਂ ਲੇਕਿਨ ਅਗਲੇ ਪ੍ਰੋਗਰਾਮ ਦੇ ਵਿੱਚ ਅਤੇ ਹੁਣ ਦਿਓ ਜੀ ਤੁਸੀਂ ਮੈਨੂੰ ਆਗਿਆ ਸਤਿ ਸ਼੍ਰੀ ਅਕਾਲ